ਅਕਾਲ ਵੀਰ ਜੀ, ਅਸੀਂ ਘੁੰਡਰ ਪਿੰਡ ਤੋਂ ਆਇਆ ਵੀਰ, ਪਟਿਆਲਾ ਜ਼ਿਲ੍ਹਾ। ਅਤੇ ਅਸੀਂ ਵੀਰ 17 ਜਣੇ ਆਏ ਸੀ, ਸਾਨੂੰ ਅੱਜ 5 ਦਿਨ ਹੋ ਗਏ ਇੱਥੇ ਬੈਠਿਆਂ ਨੂੰ। ਪੂਰੇ ਜ਼ੋਰਾਂ ਨਾਲ ਆਪਣੇ ਹੱਕ ਲੈਣ ਲਈ ਆਏ ਹਾਂ, ਟਰੈਕਟਰਾਂ 'ਤੇ ਆਏ ਹਾਂ, ਗੱਡੀਆਂ ਕਿਰਾਇਆਂ 'ਤੇ ਕਰਕੇ ਆਏ ਹਾਂ। ਅਤੇ ਹੁਣ ਅਸੀਂ ਦਬਣ ਵਾਲੇ ਹੈ ਨਹੀਂ, ਆਪਣੇ ਹੱਕ ਲੈ ਕੇ ਮੁੜਨੇ ਹਾਂ। ਮੋਦੀ ਜਿੱਥੇ ਮਰਜ਼ੀ ਹੋਵੇ ਉਹਦੇ ਕੰਨ 'ਤੇ ਜੂੰ ਸਿਰ ਕੇ ਨਾ ਸਿਰ ਕੇ, ਪਰ ਸਰਕਾਉਣੀ ਹੈ। ਸਾਨੂੰ ਕੋਈ ਚੱਕਰ ਨਹੀਂ, ਆਵਾਂਗੇ। ਜਦੋਂ ਮੈਨੂੰ ਜਾਸੀ ਬੈਠਿਆਂ 6 ਮਹੀਨੇ ਦਾ ਰਾਸ਼ਨ ਸਾਡੇ ਕੋਲ ਆ, ਸਾਲਾਂ ਦੇ ਸਾਡੇ ਕੋਲ ਨੇ, ਕੋਈ ਚੱਕਰ ਨਹੀਂ ਵੀਰ। ਆਏ ਹਾਂ ਅਸੀਂ, ਮੈਂ 10ਵੀਂ ਕਲਾਸ 'ਚ ਪੜ੍ਹਦਾ ਵੀਰੇ, ਮੇਰੀ ਪੜ੍ਹਾਈ ਖਰਾਬ ਹੁੰਦੀ ਆ। ਬਾਪੂ ਜੀ ਕਹਿੰਦੇ ਸੀ ਵੀ ਪਿੰਡ ਰਹਿ, ਮੈਂ ਕਿਹਾ ਨਹੀਂ ਬਾਪੂ, ਵੀ ਇਹ ਇਕੱਲੇ ਬਜ਼ੁਰਗਾਂ ਦੀ ਲੜਾਈ ਨਹੀਂ, ਯੂਥ ਦੀ ਲੜਾਈ ਹੈ। ਵੀ ਇਹ 'ਚ ਕੋਈ ਬੜੇ ਛੋਟੇ ਦਾ ਉਹ ਨਹੀਂ ਹੈਗਾ, ਵੀ ਇਹ 'ਚ ਆਪਣੇ ਕਿਸਾਨ ਵੀਰ ਜ਼ਰੂਰ ਚਾਹੀਦੇ ਨੇ। ਅਤੇ ਹੁਣ ਸਾਨੂੰ ਹਰਿਆਣੇ ਨੇ ਸਾਡਾ ਸਾਥ ਦਿੱਤਾ, ਤਾਂ ਹਰਿਆਣਾ ਵੀ ਸਾਡੇ ਨਾਲ ਹੈ, ਹੁਣੇ ਜੱਟ ਦਬਣਗੇ।